ਸੌਰ ਹੀਰਾ ਦੇ ਇਲਾਕੇ ਵਿੱਚ ਰਹਿਣ ਵਾਲੇ ਦੋ ਭਰਾ ਅਹਿਮਦ ਤੇ ਮਹਿਮੂਦ ਤਰਖਾਣ ਸਨ, ਜਿਹੜੇ ਤਰਖਾਣਗਿਰੀ ਦਾ ਕੰਮ ਕਰਿਆ ਕਰਦੇ ਸੀ। ਉਹਨਾਂ ਦੋਨਾਂ ਭਰਾਵਾਂ ਦੇ ਕੋਲ ਇੱਕ ਘੋੜੀ ਸੀ ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ। ਉਹਨਾਂ ਦੋਨਾਂ ਭਰਾਵਾਂ ਨੇ ਦੇਖਿਆ ਕਿ ਇਹ ਘੋੜੀ ਤਾਂ ਹੁਣ ਠੀਕ ਹੋਣ ਦੇ ਹਾਲਾਤਾਂ ਵਿੱਚ ਨਹੀਂ, ਤਾਂ ਉਹਨਾਂ ਨੇ ਉਹ ਘੋੜੀ ਚਨਾਬ ਦਰਿਆ ਦੇ ਕੰਢੇ ਇੱਦਾਂ ਹੀ ਅਵਾਰਾ ਛੱਡ ਦਿੱਤੀ ਕਿ ਅੱਲਾ ਦੀ ਕਰਨੀ, ਜਦੋਂ ਇਹਦਾ ਆਖਰੀ ਵਕਤ ਆਵੇਗਾ ਤੇ ਆਪਣੇ ਆਪ ਹੀ ਇਹਦੀ ਰੂਹ ਪਰਵਾਜ਼ ਕਰ ਜਾਵੇਗੀ। ਜਿਸ ਰਸਤੇ ਤੇ ਉਹਨਾਂ ਨੇ ਉਹ ਘੋੜੀ ਛੱਡੀ ਸੀ, ਉਸੀ ਰਸਤੇ ਤੇ ਅਕਸਰ ਲਾਲਾਂ ਵਾਲੀ ਸਰਕਾਰ, ਲੱਗਦਾ ਤਾਂ ਪੀਰ ਜੀ, ਚਨਾਬ ਦੇ ਪਾਣੀ ਦੇ ਨਾਲ ਰੋਜ਼ ਵਜ਼ੂ ਕਰਨ ਆਇਆ ਕਰਦੇ ਸੀ। ਇੱਕ ਦਿਨ ਜਦੋਂ ਲੱਗਦਾ ਤਾਂ ਪੀਰ ਜੀ ਚਨਾਬ ਦਰਿਆ ਤੇ ਵਜ਼ੂ ਕਰਨ ਵਾਸਤੇ ਆ ਰਹੇ ਸੀ, ਤਾਂ ਉਹਨਾਂ ਦੀ ਨਿਗਾਹ ਉਸ ਬਿਮਾਰ ਘੋੜੀ ਤੇ ਪਈ। ਆਪ ਸਰਕਾਰ ਨੇ ਦੇਖਿਆ ਕਿ ਇਹ ਘੋੜੀ ਤਾਂ ਬਹੁਤ ਜ਼ਿਆਦਾ ਬਿਮਾਰ ਆ ਤੇ ਮਰਨ ਕਿਨਾਰੇ ਆ। ਆਪ ਹਜ਼ੂਰ ਨੇ ਅੱਲਾ ਪਾਕ ਦੀ ਦਰਗਾਹ ਦੇ ਵਿੱਚ ਦੁਆ ਕੀਤੀ ਕਿ ਇਹ ਘੋੜੀ ਜਲਦੀ ਹੀ ਤੰਦਰੁਸਤ ਹੋ ਜਾਵੇ। ਆਪ ਸਰਕਾਰ ਨੇ ਦੁਆ ਕੀਤੀ, ਅੱਲਾ ਪਾਕ ਨੇ ਮਨਜ਼ੂਰ ਕੀਤੀ, ਤਾਂ ਦਿਨਾਂ ਵਿੱਚ ਹੀ ਉਹ ਘੋੜੀ ਇੱਕਦਮ ਤੰਦਰੁਸਤ ਹੋ ਗਈ। ਅੱਲਾ ਦੀ ਐਸੀ ਕਰਮ ਨਵਾਜ਼ੀ ਹੋਈ ਉਸ ਘੋੜੀ ਤੇ ਕਿ ਉਹ ਗਰਭਵਤੀ ਵੀ ਹੋ ਗਈ। ਸਮਾਂ ਆਉਣ ਤੇ ਉਸ ਘੋੜੀ ਨੇ ਇੱਕ ਬਛੜੀ ਨੂੰ ਜਨਮ ਦਿੱਤਾ, ਜਿਹੜੀ ਜਨਮ ਤੋਂ ਹੀ ਕੱਕੇ ਰੰਗ ਦੀ ਸੀ। ਉਹਦਾ ਰੰਗ ਬਹੁਤ ਜ਼ਿਆਦਾ ਕੱਕਾ ਸੀ, ਚਮਕੀਲਾ ਸੀ। ਜਿੱਦਾਂ ਜਿੱਦਾਂ ਉਹ ਉਮਰ ਦੇ ਵਿੱਚ ਵੱਧ ਰਹੀ ਸੀ, ਉਹਦਾ ਕੱਕਾ ਰੰਗ ਹੋਰ ਜ਼ਿਆਦਾ ਵੱਧ ਰਿਹਾ ਸੀ ਤੇ ਹੋਰ ਜ਼ਿਆਦਾ ਚਮਕੀਲਾ ਹੋ ਰਿਹਾ ਸੀ। ਕੁਝ ਕੁ ਹੀ ਅਰਸੇ ਦੇ ਬਾਅਦ ਉਸ ਘੋੜੀ ਦਾ ਉਹ ਬਛੜਾ, ਜੋ ਕਿ ਇੱਕ ਬਛੜੀ ਸੀ, ਬਹੁਤ ਜ਼ਿਆਦਾ ਬੇਹੱਦ ਖੂਬਸੂਰਤ ਹੋ ਚੁੱਕੀ ਸੀ। ਇੱਕ ਦਿਨ ਉਸ ਰਸਤੇ ਤੇ ਕੁਝ ਕੁ ਮਜ਼ਦੂਰ ਆਏ। ਉਹਨਾਂ ਨੇ ਉਹ ਘੋੜੀ ਤੇ ਉਹਦਾ ਬਹੁਤ ਖੂਬਸੂਰਤ ਬੱਚਾ ਦੇਖਿਆ, ਤਾਂ ਉਹਨਾਂ ਨੇ ਉਹ ਘੋੜੀ ਤੇ ਉਹਦਾ ਬੱਚਾ ਫੜ ਲਿਆ। ਉਹ ਉਹਨਾਂ ਦੋਨਾਂ ਨੂੰ ਆਪਣੇ ਘਰ ਲੈ ਕੇ ਆਏ। ਉਹਨਾਂ ਮਜ਼ਦੂਰਾਂ ਨੇ ਉਸ ਘੋੜੀ ਦੇ ਉਸ ਬਛੜੀ ਨੂੰ ਲੁਕੋ ਲਿਆ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਇਹਨਾਂ ਦੇ ਕੋਲ ਇੱਕ ਬਹੁਤ ਜ਼ਿਆਦਾ ਖੂਬਸੂਰਤ ਕੱਕੇ ਰੰਗ ਦੀ ਘੋੜੀ ਆ। ਇੱਦਾਂ ਹੀ ਥੋੜ੍ਹਾ ਸਮਾਂ ਗੁਜ਼ਰਿਆ। ਇੱਕ ਦਿਨ ਲੱਗਦਾ ਤਾਂ ਪੀਰ ਜੀ ਨੇ ਆਪਣੇ ਮਰੀਦਾਂ ਨੂੰ ਕਿਹਾ ਕਿ ਫਲਾਨੇ ਪਿੰਡ ਦੇ ਵਿੱਚ ਮਹਿਮੂਦ ਤੇ ਅਹਿਮਦ ਨਾਮ ਦੇ ਦੋ ਭਰਾ ਆ, ਉਹਨਾਂ ਦੇ ਕੋਲ ਇੱਕ ਕੱਕੇ ਰੰਗ ਦੀ ਘੋੜੀ ਆ, ਬਛੜੀ ਆ, ਜਾਓ ਉਹਨੂੰ ਮੇਰੇ ਕੋਲ ਲੈ ਕੇ ਆਓ। ਸਾਨੂੰ ਅੱਲਾ ਪਾਕ ਦੀ ਤਰਫੋਂ ਹੁਕਮ ਹੋਇਆ ਕਿ ਅਸੀਂ ਉਹਦੀ ਸਵਾਰੀ ਕਰੀਏ। ਲੱਗਦਾ ਤਾਂ ਪੀਰ ਜੀ ਦੇ ਮਰੀਦ ਉਹਨਾਂ ਦੋਨਾਂ ਤਰਖਾਣ ਭਰਾਵਾਂ ਕੋਲ ਆਏ। ਉਹਨਾਂ ਭਰਾਵਾਂ ਦੇ ਕੋਲ ਆ ਕੇ ਮਰੀਦਾਂ ਨੇ ਲੱਗਦਾ ਤਾਂ ਪੀਰ ਜੀ ਦਾ ਹੁਕਮ ਸੁਣਾ ਦਿੱਤਾ, ਪਰ ਉਹ ਦੋਵੇਂ ਤਰਖਾਣ ਭਰਾ ਅਹਿਮਦ ਤੇ ਮਹਿਮੂਦ ਦੋਵੇਂ ਸਾਫ ਮੁੱਕਰ ਗਏ ਕਿ ਸਾਡੇ ਕੋਲ ਕੱਕੇ ਰੰਗ ਦੀ ਕੋਈ ਘੋੜੀ ਹੈ ਹੀ ਨਹੀਂ। ਇਹੀ ਗੱਲ ਜਾ ਕੇ ਮਰੀਦਾਂ ਨੇ ਹਜ਼ਰਤ ਲੱਗਦਾ ਤਾਂ ਪੀਰ ਜੀ ਨੂੰ ਦੱਸੀ ਕਿ ਉਹ ਦੋਵੇਂ ਭਰਾ ਤਾਂ ਸਾਫ ਮੁੱਕਰ ਗਏ। ਇਹ ਸੁਣ ਕੇ ਲੱਗਦਾ ਤਾਂ ਪੀਰ ਜੀ ਆਪ ਉਹਨਾਂ ਦੋਨਾਂ ਤਰਖਾਣ ਭਰਾਵਾਂ ਦੇ ਕੋਲ ਗਏ ਤੇ ਜਾ ਕੇ ਉਸ ਕੱਕੀ ਰੰਗ ਦੀ ਘੋੜੀ ਦੀ ਮੰਗ ਕੀਤੀ ਕਿ ਸਾਨੂੰ ਹੁਕਮ ਹੋਇਆ ਕਿ ਅਸੀਂ ਉਸ ਘੋੜੀ ਦੀ ਸਵਾਰੀ ਕਰੀਏ। ਉਹ ਲੱਗਦਾ ਤਾਂ ਪੀਰ ਜੀ ਦੇ ਅੱਗੇ ਵੀ ਦੋਵੇਂ ਭਰਾ ਸਾਫ ਮੁੱਕਰ ਗਏ ਕਿ ਸਾਡੇ ਕੋਲ ਤਾਂ ਕੱਕੇ ਰੰਗ ਦੀ ਕੋਈ ਘੋੜੀ ਹੈ ਹੀ ਨਹੀਂ।
ਇਹ ਸੁਣ ਕੇ ਲੱਗਦਾ ਤਾਂ ਪੀਜੀ ਕਹਿਣ ਲੱਗੇ ਕਿ ਅਸੀਂ ਇੱਕ ਵਾਰੀ ਫਿਰ ਮੰਗਦੇ ਹਾਂ, ਪਰ ਉਹ ਦੋਏ ਭਰਾ ਫਿਰ ਮੁੱਕਰ ਗਏ। ਜਦੋਂ ਲੱਗਦਾ ਤਾਂ ਪੀਜੀ ਨੇ ਦੇਖਿਆ ਕਿ ਇਹ ਇੱਦਾਂ ਘੋੜੀ ਨੂੰ ਪੇਸ਼ ਨਹੀਂ ਕਰਨਗੇ, ਤਾਂ ਲੱਗਦਾ ਤਾਂ ਪੀਜੀ ਨੇ ਕਿਹਾ ਕਿ ਫਿਰ ਹੁਣ ਅਸੀਂ ਹੱਕ ਮਾਰੀਏ। ਉਹ ਕਹਿਣ ਲੱਗੇ ਜੀ ਤੁਹਾਡੀ ਮਰਜ਼ੀ ਆ, ਤੁਸੀਂ ਬੇਸ਼ੱਕ ਜੇ ਚਾਹੁੰਦੇ ਹੋ ਤਾਂ ਉਸ ਘੋੜੀ ਨੂੰ ਆਵਾਜ਼ ਮਾਰ ਲਓ। ਲੱਗਦਾ ਤਾਂ ਪੀਰ ਜੀ ਨੇ ਬੁਲੰਦ ਆਵਾਜ਼ ਦੇ ਵਿੱਚ ਉਸ ਕੱਕੀ ਘੋੜੀ ਨੂੰ ਆਵਾਜ਼ ਮਾਰੀ। ਕਹਿੰਦੇ ਆਵਾਜ਼ ਮਾਰਨ ਦੀ ਦੇਰ ਆ ਕਿ ਪਲਾਂ ਵਿੱਚ ਹੀ ਉਹ ਘੋੜੀ ਹਿਨ ਹਨਾਉਂਦੀ ਉਸ ਕਮਰੇ ਵਿੱਚ ਆ ਖੜੀ ਹੋਈ। ਇਹ ਕਰਾਮਾਤ ਦੇਖ ਕੇ ਦੋਏ ਭਰਾ ਲੱਗਦਾ ਤਾਂ ਪੀਰ ਜੀ ਦੇ ਪੈਰੀ ਪੈ ਗਏ, ਅਤੇ ਉਹਨਾਂ ਨੇ ਉਹ ਕੱਕੀ ਰੰਗ ਦੀ ਘੋੜੀ ਅਤੇ ਉਹਦੀ ਮਾਂ, ਇਹ ਦੋਏ ਘੋੜੀਆਂ ਲੱਗਦਾ ਤਾਂ ਪੀਰ ਜੀ ਦੇ ਹਜ਼ੂਰ ਪੇਸ਼ ਕਰ ਦਿੱਤੀਆਂ। ਦੋਨਾਂ ਘੋੜੀਆਂ ਨੂੰ ਦੇਖ ਕੇ ਆਪ ਸਰਕਾਰ ਕਹਿਣ ਲੱਗੇ ਕਿ ਸਾਨੂੰ ਦੋ ਨਹੀਂ, ਬਸ ਆ ਕੱਕੇ ਰੰਗ ਦੀ ਘੋੜੀ ਚਾਹੀਦੀ ਆ। ਉਹ ਦੋਏ ਭਰਾ ਕਹਿਣ ਲੱਗੇ, ਸਰਕਾਰ ਅਸੀਂ ਇਹ ਦੋਏ ਘੋੜੀਆਂ ਤੁਹਾਨੂੰ ਪੇਸ਼ ਕਰਦੇ ਹਾਂ, ਪਰ ਸਰਕਾਰ ਨੇ ਉਹ ਕੱਕੇ ਰੰਗ ਦੀ ਘੋੜੀ ਹੀ ਲਈ। ਫਿਰ ਆਪ ਸਰਕਾਰ ਕਹਿਣ ਲੱਗੇ ਕਿ ਇਸ ਕੱਕੇ ਰੰਗ ਦੀ ਘੋੜੀ ਦੀ ਕੀਮਤ ਦੱਸੋ। ਤਾਂ ਦੋਏ ਭਰਾ ਹੱਥ ਜੋੜ ਕੇ ਕਹਿਣ ਲੱਗੇ, ਸਰਕਾਰ ਅਸੀਂ ਤੁਹਾਡੇ ਕੋਲੋਂ ਇਸ ਘੋੜੀ ਦੀ ਕੋਈ ਕੀਮਤ ਨਹੀਂ ਲੈਣੀ। ਆਪ ਸਰਕਾਰ ਕਹਿਣ ਲੱਗੇ, ਨਹੀਂ, ਅਸੀਂ ਬਿਨਾਂ ਕੀਮਤ ਤੋਂ ਤੁਹਾਡੇ ਕੋਲੋਂ ਇਹ ਘੋੜੀ ਨਹੀਂ ਲੈਣੀ। ਜਦੋਂ ਲੱਗਦਾ ਤਾਂ ਪੀਰ ਜੀ ਨੇ ਕਿਹਾ ਕਿ ਅਸੀਂ ਬਿਨਾਂ ਕੀਮਤ ਤੋਂ ਇਹ ਘੋੜੀ ਨਹੀਂ ਲੈ ਸਕਦੇ, ਤਾਂ ਦੋਏ ਭਰਾ ਕਹਿਣ ਲੱਗੇ, ਸਰਕਾਰ ਜੇਕਰ ਤੁਸੀਂ ਸਾਨੂੰ ਇਹਦੀ ਕੀਮਤ ਦੇਣਾ ਹੀ ਚਾਹੁੰਦੇ ਹਾਂ, ਤਾਂ ਤੁਸੀਂ ਇੱਕ ਕਿਰਪਾ ਕਰੋ। ਅਸੀਂ ਸ਼ੀਸ਼ਮ ਦੇ ਦਰੱਖਤਾਂ ਦਾ ਇੱਕ ਬਾਗ ਲਿਆ ਹੋਇਆ ਜਿਹੜਾ ਸਫੈਦ ਅਤੇ ਉਹ ਅਜੇ ਕੱਚਾ ਆ, ਤੁਸੀਂ ਕਿਰਪਾ ਕਰੋ ਉਹ ਸਿਆਹ ਹੋ ਜਾਵੇ ਅਤੇ ਉਹ ਪੱਕਾ ਹੋ ਜਾਵੇ। ਦੋਨਾਂ ਭਰਾਵਾਂ ਦੀ ਗੱਲ ਸੁਣ ਕੇ ਆਪ ਲੱਗਦਾ ਤਾਂ ਪੀਰ ਜੀ ਨੇ ਅੱਲਾ ਦੀ ਬਾਰਗਾਹ ਦੇ ਵਿੱਚ ਦੁਆ ਕੀਤੀ ਕਿ ਜੋ ਵੀ ਇਹਨਾਂ ਦੋਨਾਂ ਭਰਾਵਾਂ ਦੀ ਸ਼ੀਸ਼ਮ ਦਾ ਬਾਗ ਆ ਉਹ ਪੁਖਤਾ ਅਤੇ ਸਿਆਹ ਹੋ ਜਾਵੇ। ਫਿਰ ਲੱਗਦਾ ਤਾਂ ਪੀਰ ਜੀ ਉਸ ਕੱਕੀ ਘੋੜੀ ਦੀ ਸਵਾਰੀ ਕਰਕੇ ਮੁਲਤਾਨ ਸ਼ਹਿਰ ਆਏ। ਜਦੋਂ ਮੁਲਤਾਨ ਦੇ ਲੋਕਾਂ ਨੇ ਉਹ ਕੱਕੀ ਘੋੜੀ ਦੇਖੀ ਤਾਂ ਉਹਨਾਂ ਨੇ ਉਹ ਆਪਣੇ ਮੁਲਤਾਨ ਦੇ ਬਾਦਸ਼ਾਹ ਘਰੋ ਪਠਾਨ ਨੂੰ ਇਹ ਸ਼ਿਕਾਇਤ ਲਾ ਦਿੱਤੀ ਕਿ ਸਖੀ ਸਰਬਰ ਅਹਿਮਦ ਸੁਲਤਾਨ ਦੇ ਕੋਲ ਇੱਕ ਬਹੁਤ ਜ਼ਿਆਦਾ ਖੂਬਸੂਰਤ ਕੱਕੇ ਰੰਗ ਦੀ ਘੋੜੀ ਆ ਜਿਹੜੀ ਤੁਹਾਡੀ ਤਮਾਮ ਸਲਤਨਤ ਦੇ ਵਿੱਚ ਵੀ ਕਿਸੇ ਕੋਲ ਨਹੀਂ ਆ। ਘਰੋ ਪਠਾਨ ਬਾਦਸ਼ਾਹ ਵੀ ਉਹ ਘੋੜਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਰੱਖਦਾ ਸੀ ਅਤੇ ਕੱਕੀ ਘੋੜੀ ਬਾਰੇ ਸੁਣ ਕੇ ਉਹਦਾ ਦਿਲ ਵੀ ਪਰੇਸ਼ਾਨ ਹੋ ਗਿਆ। ਉਹਦੇ ਮਨ ਵਿੱਚ ਵੀ ਆਇਆ ਕਿ ਉਹ ਕੱਕੀ ਘੋੜੀ ਜਿਹੜੀ ਲੱਗਦਾ ਤਾਂ ਪੀਰ ਕੋਲ ਆ ਉਹ ਮੇਰੇ ਕੋਲ ਹੋਣੀ ਚਾਹੀਦੀ ਆ। ਕੱਕੀ ਘੋੜੀ ਦੇ ਬਾਰੇ ਸੁਣ ਕੇ ਉਸ ਘਰੋ ਪਠਾਨ ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਾਓ ਹਜ਼ਰਤ ਸਖੀ ਸਰਬਰ ਕੋਲ ਜਾਓ ਅਤੇ ਉਹਨਾਂ ਨੂੰ ਕਹੋ ਕਿ ਆਪ ਅਤੇ ਉਸ ਘੋੜੀ ਨੂੰ ਲੈ ਕੇ ਉਹ ਸਾਡੇ ਦਰਬਾਰ ਦੇ ਵਿੱਚ ਪੇਸ਼ ਹੋਣ। ਲੱਗਦਾ ਤਾਂ ਪੀਰ ਜੀ ਕੱਕੀ ਘੋੜੀ 'ਤੇ ਸਵਾਰ ਹੋ ਕੇ ਘਰੋ ਪਠਾਨ ਦੇ ਦਰਬਾਰ ਵਿੱਚ ਪੇਸ਼ ਹੋਏ। ਜਦੋਂ ਘਰੋ ਪਠਾਨ ਨੇ ਉਹ ਕੱਕੀ ਘੋੜੀ ਦੇਖੀ ਤਾਂ ਉਹਦਾ ਦਿਲ ਮਚਲ ਗਿਆ। ਉਹਨੇ ਕਿਹਾ ਕਿ ਇਹ ਅੱਲਾ ਦੇ ਨੇਕ ਬੰਦੇ, ਇਹ ਅੱਲਾ ਦੇ ਪਾਕ ਬਜ਼ੁਰਗ, ਅਸੀਂ ਤੁਹਾਨੂੰ 500 ਰੁਪਈਆ ਦਿੰਦੇ ਹਾਂ, ਇਹ ਕੱਕੀ ਘੋੜੀ ਤੁਸੀਂ ਸਾਨੂੰ ਦੇ ਦਿਓ। ਲੱਗਦਾ ਤਾਂ ਪੀਰ ਜੀ ਨੇ ਉਹ ਕੱਕੀ ਘੋੜੀ ਉਸ ਦਰਬਾਰ ਵਿੱਚ ਹੀ ਰਹਿਣ ਦਿੱਤੀ ਅਤੇ ਆਪ ਕੱਕੀ ਘੋੜੀ ਨੂੰ ਛੱਡ ਕੇ
ਘਰੋਂ ਪਠਾਨ ਦੇ ਦਰਬਾਰ ਵਿੱਚੋਂ ਬਾਹਰ ਆ ਗਏ। ਜਿੱਦਾਂ ਹੀ ਆਪ ਰਹਿਮਤੁੱਲਾਹ ਅਲੈਹ ਦਰਬਾਰ ਵਿੱਚੋਂ ਬਾਹਰ ਆਏ ਤਾਂ ਉਸ ਵੇਲੇ ਕਈ ਫਕੀਰਾਂ ਦਾ ਗਰੁੱਪ ਆਪ ਸਰਕਾਰ ਦੇ ਇਰਦ ਗਿਰਦ ਆ ਕੇ ਖੜਾ ਹੋ ਗਿਆ। ਕਹਿਣ ਲੱਗੇ, ਮੌਲਾ ਸਾਨੂੰ ਕੁਛ ਬਖਸ਼ ਦਿਓ। ਆਪ ਸਰਕਾਰ ਨੇ ਉਹ ਸਾਰੀ ਨਗਦੀ ਕੱਖੀ ਘੋੜੀ ਵਾਲੀ ਉਹਨਾਂ ਸਾਰੇ ਫਕੀਰਾਂ ਵਿੱਚ ਤਕਸੀਮ ਕਰ ਦਿੱਤੀ, ਕੱਪੜਾ ਵੀ ਬਖਸ਼ ਦਿੱਤਾ। ਉਹ ਅਜੇ ਗਏ ਸੀ ਕਿ ਦੂਸਰਾ ਗਰੁੱਪ ਵੀ ਆਪ ਸਰਕਾਰ ਦੇ ਚਾਰੇ ਪਾਸੇ ਆ ਕੇ ਖੜ ਗਿਆ। ਸੋ ਇਸ ਤਰ੍ਹਾਂ ਲਖਦਾ ਤਾਂ ਪੀਰ ਜੀ ਨੂੰ ਇਹ ਕੱਕੀ ਘੋੜੀ ਪ੍ਰਾਪਤ ਹੋਈ ਸੀ। ਇਹਦੇ ਤੋਂ ਅੱਗੇ ਦੀ ਕਹਾਣੀ ਤੁਹਾਨੂੰ ਅਸੀਂ ਅਗਲੇ ਭਾਗ ਵਿੱਚ ਸੁਣਾਵਾਂਗੇ। ਸੋ ਲਖਦਾ ਤਾਂ ਪੀਰ ਜੀ ਦੀ ਸ਼ਾਨ ਬਹੁਤ ਉੱਚੀ ਆ। ਆਪ ਰਹਿਮਤੁੱਲਾਹ ਅਲੈਹ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਅਤਾ ਫਰਮਾਉਣ। ਆਮੀਨ।